ਹੈਲੋ ਸਟੂਡੈਂਟਸ ਵੈਲਕਮ ਟੂ ਮਾਈ YouTube ਚੈਨਲ ਅੱਜ ਦਾ ਸਾਡਾ ਟਾਪਿਕ ਹੈਗਾ ਦਾ ਡਾਈਜੈਸਟਿਵ ਸਿਸਟਮ ਜਿਸ ਦੇ ਵਿੱਚ ਅਸੀਂ ਪੜਾਂਗੇ process of digestion ਤੇ ਆਰਗਨਾਂ ਬਾਰੇ ਥੋੜਾ ਥੋੜਾ ਪੜਾਂਗੇ ਕਿ ਕਿਹੜੇ ਕਿਹੜੇ ਆਰਗਨ ਡਾਈਜੈਸਟਿਵ ਸਿਸਟਮ ਦੇ ਵਿੱਚ ਇਨਕਲੂਡ ਹੁੰਦੇ ਆ ਠੀਕ ਹੈ ਨਾਓ देयर इज अ ਡਿਫੀਨੇਸ਼ਨ ਆਫ ਡਾਈਜੈਸਟਿਵ ਸਿਸਟਮ ਡਾਈਜੈਸਟਿਵ ਸਿਸਟਮ ਦੀ ਡਿਫੀਨੇਸ਼ਨ ਹੈਗੀ ਆ ਠੀਕ ਹੈ ਡਾਈਜੈਸਟਿਵ ਸਿਸਟਮ ਇਸ ਨੇਮ ギਵਨ ਟੂ ਐਲੀਮੈਂਟਰੀ ਕਨਾਲ ਸੋ ਥਿਸ ਇਸ ਆਲਸੋ ਕਾਲਡ ਫੂਡ ਪਾਈਪ ਜਿਹੜੀ ਐਲੀਮੈਂਟਰੀ ਕਨਾਲ ਹੁੰਦੀ ਆ ਉਹਨੂੰ ਡਾਈਜੈਸਟਿਵ ਸਿਸਟਮ ਕਹਿ ਦਿੰਨੇ ਆ ਜਿਹਨੂੰ ਅਸੀਂ ਫੂਡ ਪਾਈਪ ਵੀ ਕਹਿੰਨੇ ਆ ਠੀਕ ਹੈ ਤਿੰਨ ਨਾਮ ਹੁੰਦੇ ਆ ਇਹਦੇ ਫੂਡ ਕੰਟੈਂਟਸ ਵੈਰਾਈਟੀ ਆਫ ਨਿਊਟ੍ਰੀਐਂਟਸ ਵਿਚ ਹੈਲਪ ਇਨ ਬਾਡੀ ਬਿਲਡਿੰਗ ਐਂਡ ਰਿਪੇਅਰ ਜਿਹੜੇ ਫੂਡ ਹੁੰਦੇ ਆ ਉਹਦੇ ਵਿੱਚ ਬਹੁਤ ਸਾਰੇ ਨਿਊਟ੍ਰੀਐਂਟ ਹੁੰਦੇ ਹੈਗੇ ਆ ਠੀਕ ਹੈ ਜਿਹੜੇ ਹੈਲਪ ਕਰਦੇ ਆ ਬਾਡੀ ਬਿਲਡਿੰਗ ਦੇ ਵਿੱਚ ਆਪਣੀ ਬਾਡੀ ਨੂੰ ਬਣਾਉਣ ਦੇ ਲਈ ਤੇ ਰਿਪੇਅਰ ਕਰਨ ਦੇ ਵਿੱਚ ਠੀਕ ਹੈ ਸਾਨੂੰ એનર્ਜੀ ਪ੍ਰੋਵਾਈਡ ਕਰਦਾ ਫੂਡ ਫੂਡ ਆਲਸੋ ਪ੍ਰੋਵਾਈਡਸ એનર્ਜੀ ਟੂ ਦਾ ਬਾਡੀ ਠੀਕ ਹੈ એનર્ਜੀ ਪ੍ਰੋਵਾਈਡ ਕਰਦਾ ਹੈਗਾ ਦਾ ਐਲੀਮੈਂਟਰੀ ਕਨਾਲ ਬਿਗਿਨਸ ਐਟ ਦਾ ਮਾਊਥ ਪਾਸਸ ਥਰੂ ਦਾ ਥੋਰੈਕਸ ਐਬਡੋਮਨ ਐਂਡ ਪੈਲਵਿਕ ਏਰੀਆ ਮਤਲਬ ਜਿਹੜੀ ਐਲੀਮੈਂਟਰੀ ਕਨਾਲ ਹੁੰਦੀ ਹੈ ਮਾਊਥ ਤੋਂ ਸਟਾਰਟ ਹੁੰਦੀ ਹੈ ਇਹ ਕਿੱਥੋਂ ਕਿੱਥੋਂ ਦੀ ਪਾਸ ਹੁੰਦੀ ਹੈ ਥੋਰੈਕਸ ਤੋਂ ਫਿਰ ਐਬਡੋਮਨ ਤੇ ਫਿਰ ਪੈਲਵਿਸ ਤੇ ਖਤਮ ਹੋ ਜਾਂਦੀ ਹੈ ਇਟ ਐਂਡਸ ਐਟ ਦਾ ਐਨੋਸ ਇਹ ਐਂਡ ਪਾਰਟ ਕਿਹੜਾ ਹੁੰਦਾ ਹੈ ਦਾ ਐਨੋਸ ਤੇ ਠੀਕ ਹੈ ਦਾ ਵੇਸਟ ਮਟੀਰੀਅਲ ਦੈਟ ਇਜ਼ ਫੀਸਲ ਮੈਟਰ ਐਕਸਕ੍ਰੀਟਡ ਥਰੂ ਦਾ ਐਨਸ ਜਿਹੜਾ ਵੇਸਟ ਮਟੀਰੀਅਲ ਹੁੰਦਾ ਜਿਹਨੂੰ ਅਸੀਂ ਫੀਸਲ ਮਟੀਰੀਅਲ ਵੀ ਕਹਿੰਦੇ ਆ ਉਹ ਕਿੱਥੋਂ ਦੀ ਐਕਸਕ੍ਰੀਟ ਆਊਟ ਹੁੰਦਾ ਹੈਗਾ ਐਨਸ ਦੇ ਥਰੂ ਠੀਕ ਹੈ ਫੂਡ ਵਿਚ ਇਜ਼ we eat is not used at such to provide energy jehda food assi kha lene hage theek hai ਉਸੇ ਤਰ੍ਹਾਂ ਹੀ ਆਪ ਨੂੰ એનર્ਜੀ ਨਹੀਂ ਪ੍ਰੋਵਾਈਡ ਕਰਦਾ ਤਾਂ ਜਿਹੜੇ ਇਹਦੇ ਲਾਰਜ ਮੋਲੀਕਿਊਲ ਹੁੰਦੇ ਆ ਉਹਨਾਂ ਨੂੰ ਬ੍ਰੇਕਡਾਊਨ ਕਰਕੇ ਛੋਟੇ ਮੋਲੀਕਿਊਲ ਦੇ ਵਿੱਚ ਉਹਨਾਂ ਦੀ ਬ੍ਰੇਕਡਾਊਨ ਕੀਤੀ ਜਾਂਦੀ ਆ ਫਿਰ ਉਹਨਾਂ ਦਾ ਗੈਸਟ੍ਰਿਕ ਜੂਸ ਬਣਾਇਆ ਜਾਂਦਾ ਫਿਰ ਉਸ ਤੋਂ ਸਾਨੂੰ એનર્ਜੀ ਮਿਲਦੀ ਆ ਠੀਕ ਹੈ ਦਾ ਲਾਰਜ ਮੋਲੀਕਿਊਲ ਆਫ ਫੂਡ ਆਰ ਬ੍ਰੇਕਡਾਊਨ ਇਨਟੂ ਸਮਾਲਰ ਮੋਲੀਕਿਊਲਸ ਥਿਸ ਸਮਾਲਰ ਮੋਲੀਕਿਊਲਸ ਆਰ ਯੂਜ਼ਡ ਬਾਈ ਬੋਡੀ ਸੈਲਸ ਟੂ ਪ੍ਰੋਵਾਈਡ એનર્ਜੀ ਐਂਡ ਫॉर ਰਿਪੇਅਰ ਠੀਕ ਹੈ ਜਿਹੜਾ ਇਹ ਮੋਲੀਕਿਊਲ ਹੁੰਦੀ ਆ ਸਮਾਲ ਮੋਲੀਕਿਊਲ ਇਹਨਾਂ ਦੀ ਯੂਜ਼ ਇਸ ਕਾਦੇ ਲਈ ਕੀਤੀ ਜਾਂਦੀ ਹੈ એનર્ਜੀ ਪ੍ਰੋਵਾਈਡ ਕਰਨ ਲਈ ਠੀਕ ਹੈ ਤੇ ਰਿਪੇਅਰ ਲਈ ਠੀਕ ਹੈ ਨੈਕਸਟ ਹੈਗਾ ਸਾਡੇ ਕੋਲੇ ਪ੍ਰੋਸੈਸ ਆਫ ਡਾਈਜੈਸ਼ਨ ਡਾਈਜੈਸ਼ਨ ਦੇ ਕਿਹੜੇ-ਕਿਹੜੇ ਪ੍ਰੋਸੈਸ ਹੁੰਦੇ ਆ ਫਰਸਟ ਹੈਗਾ ਡਾਈਜੈਸ਼ਨ ਠੀਕ ਹੈ ਫਿਰ ਹੈਗਾ ਇੰਜੈਸ਼ਨ ਪ੍ਰੋਪਲਸਨ ਡਾਈਜੈਸ਼ਨ ਐਬਸਾਰਪਸ਼ਨ ਤੇ ਐਲੀਮੀਨੇਸ਼ਨ ਠੀਕ ਹੈ ਪਹਿਲਾਂ ਡਾਈਜੈਸ਼ਨ ਦੀ ਡੈਫੀਨੇਸ਼ਨ ਆ ਤਾਂ ਜਿਹੜੇ ਆ ਵਾਲੇ ਹੈਗੇ ਆ इंजैशन प्रोपोजन डायजैशन अब्जोब्शन अलीमीनेशन ठीक है जो ये स्टैप है ठीक है यह डायजैशन का प्रोसैस हैगा ठीक है तो फस्ट हैगा इंजैक्शन फस्ट स्टैप हैगा डायजैशन का इंजैक्शन इट इज़ द फस्ट स्टैप दिस इज द प्रोसैस ऑफ टेकिंग फूड इन टू द माउथ स्टार्टिंग इट्स जर्नी थ्रू द डायजेसटिव सिस्टम इंजैक्शन जो है मतलब कि इंजैसट करना यह पहला स्टैप हैगा ਡਾਈਜੈਸ਼ਨ ਦੇ ਪ੍ਰੋਸੈਸ ਦਾ ਠੀਕ ਹੈ ਇਹਦੇ ਵਿੱਚ ਜਿਹੜਾ ਅਸੀਂ ਮਾਊਥ ਰਾਹੀਂ ਫੂਡ ਟੇਕਿੰਗ ਟੇਕ ਕਰਦੇ ਆਂ ਮਤਲਬ ਮਾਊਥ ਰਾਹੀਂ ਅਸੀਂ ਫੂਡ ਖਾਧਾ ਤਾਂ ਉੱਥੋਂ ਜਰਨੀ ਸਟਾਰਟ ਹੋ ਗਈ ਡਾਈਜੈਸਟਿਵ ਸਿਸਟਮ ਦੀ ਠੀਕ ਹੈ ਉਹਨੇ ਐਨੋਸ ਤੱਕ ਜਾਣਾ ਹੈਗਾ ਠੀਕ ਹੈ ਨੈਕਸਟ ਪਾਰਟ ਹੈਗਾ ਪ੍ਰੋਪਲਸਨ it is the second step in this the food moves forward in the alimentary canal propulsion matlab ki takna agaanu karna theek hai this second step haga idhi vich jeda food haga move karda haga alimentary canal de vich agge mouth ton agge kar ditta janda haga digestion digestion di definition hagi a the breakdown of large molecules into smaller molecules so that they enter in the body cell known as digestion matlab ki jede ਫੂਡ ਦੇ ਲਾਰਜ ਮੋਲੀਕਿਊਲ ਹੁੰਦੇ ਆ ਉਹਨਾਂ ਨੂੰ ਸਮਾਲ ਮੋਲੀਕਿਊਲਸ ਦੇ ਵਿੱਚ ਤੋੜਨਾ ਇਹਨੂੰ ਕਹਿੰਦੇ ਆ ਡਾਈਜੈਸ਼ਨ ਇਹਦੇ ਵਿੱਚ ਦੋ ਤਰ੍ਹਾਂ ਦੀ ਹੁੰਦੀ ਆ ਮਕੈਨਿਕਲ ਮਕੈਨਿਕਲ ਬ੍ਰੇਕਡਾਊਨ ਤੇ ਕੈਮੀਕਲ ਬ੍ਰੇਕਡਾਊਨ ਠੀਕ ਹੈ ਮਕੈਨੀਕਲ ਬ੍ਰੇਕਡਾਊਨ ਇਟ ਇਜ਼ ਡਨ ਬਾਈ ਪਰਸਨ ਹਿਮਸੈਲਫ ਮਾਸਟੀਗੇਸ਼ਨ ਜਾਂ ਚੂਇੰਗ ਠੀਕ ਹੈ ਜਿਹੜੀ ਇਹ ਪਰਸਨ ਦੇ ਦੁਆਰਾ ਖੁਦ ਦੁਆਰਾ ਡਨ ਕੀਤੀ ਜਾਂਦੀ ਹੈਗੀ ਆ ਜਦੋਂ ਕਿ ਅਸੀਂ ਫੂਡ ਨੂੰ ਚੂਇੰਗ ਕਰਦੇ ਆ ਵਿਦ ਦ ਹੈਲਪ ਆਫ ਟੀਥ ਠੀਕ ਹੈ ਤਾਂ ਇਹਨੂੰ ਕਹਿੰਦੇ ਆ ਮਕੈਨੀਕਲ ਬ੍ਰੇਕਡਾਊਨ ਨੈਕਸਟ ਹੈਗਾ ਕੈਮੀਕਲ ਡਾਈਜੈਸ਼ਨ ਇਹਦੇ ਵਿੱਚ ਕੀ ਹੁੰਦਾ ਫੂਡ ਇਜ਼ ਮਿਕਸਡ ਵਿਦ ਦ ਸਲਾਇਵਾ ਐਂਡ ਐਨਜ਼ਾਈਮ ਪ੍ਰੈਜ਼ੈਂਟ ਇਨ ਇਟ also in the other secretions produced by accessory organ of the digestive gland edi vich jehda food hunda mix ho janda hega saliva saliva de vich ohde vich jehdi enzyme hunde a oh large molecules nu large large particles nu small molecules de vich break down kar dinde a in this way larger molecules break down into smaller molecules theek hai ta third jehda step hega digestion si ga ਤੇ ਨੈਕਸਟ ਫੋਰਥ ਹੈਗਾ ਐਬਸਾਰਪਸ਼ਨ ਕਿ ਫੂਡ ਕਿਦਾਂ ਅਬਜ਼orb ਹੁੰਦਾਗਾ ਇਟ ਇਜ਼ ਦਾ ਮੂਵਮੈਂਟ ਆਫ ਡਾਈਜੈਸਟਡ ਨਿਊਟ੍ਰੀਐਂਟ ਥਰੋ ਦਾ ਜੀਆਈ ਮਤਲਬ ਕਿ ਗੈਸਟ੍ਰੋਇੰਟੈਸਟਾਈਨ ਮਿਊਕੋਸਾ ਐਂਡ ਇੰਟੂ ਦਾ ਇੰਟਰਨਲ ਇਨਵਾਇਰਨਮੈਂਟ ਐਬਸਾਰਪਸ਼ਨ ਕੀ ਹੁੰਦਾਗਾ ਇਹ ਜਿਹੜੀ ਹੁੰਦੀ ਆ ਮੂਵਮੈਂਟ ਹੁੰਦੀ ਆ ਫੂਡ ਦੀ ਠੀਕ ਐ ਮੂਵਮੈਂਟ ਆਫ ਡਾਈਜੈਸਟਡ ਨਿਊਟ੍ਰੀਐਂਟ ਮਤਲਬ ਕਿ ਜਿਹੜਾ ਗੈਸਟ੍ਰੋਇੰਟੈਸਟਾਈਨ ਟਰੈਕ ਹੁੰਦਾ ਹੈਗਾ ਉਹਦੇ ਵਿੱਚ ਇੰਟਰਨਲ এনवायरमेंट ਦੇ ਵਿੱਚ ਮੂਵਮੈਂਟ ਹੁੰਦੀ ਹੈਗੀ ਆ ਫੂਡ ਦੀ ਠੀਕ ਹੈ ਫਿਰ ਨੈਕਸਟ ਸਟੈਪ ਹੈਗਾ ਲਾਸਟ ਇਲੀਮੀਨੇਸ਼ਨ ਇਟ ਇਜ਼ ਦਾ ਐਕਸਕ੍ਰੀਸ਼ਨ ਆਫ ਦਾ ਰੈਜ਼ਿਡਿਊਸਸ ਆਫ ਦਾ ਰੈਜ਼ਿਡਿਊਸਸ ਮਤਲਬ ਕਿ ਜਿਹੜਾ ਬਚਿਆ ਹੋਇਆ ਹੁੰਦਾ ਹੁੰਦਾ ਵੇਸਟ ਪ੍ਰੋਡਕਟ ਹੁੰਦਾ ਹੈਗਾ ਆਫ ਦਾ ਡਾਈਜੈਸਟਿਵ ਪ੍ਰੋਸੈਸ ਫੀਸਿਸ ਜਿਹਨੂੰ ਕਹਿੰਦੇ ਆ ਫਰੋਮ ਦਾ ਰੈਕਟਮ ਥਰੋ देयर ਐਨੂਸ ਕਾਲਡ ਡੈਫਿਕੇਸ਼ਨ ਮਤਲਬ ਕਿ ਫੀਸਿਸ ਨੂੰ ਥਰੋ ਐਕਸਕ੍ਰੀਟ ਆਊਟ ਕਰਨਾ ਜਿਹਨੂੰ ਅਸੀਂ ਡੈਫਿਕੇਸ਼ਨ ਕਹਿੰਦੇ ਆ ਇਹਦਾ ਮਤਲਬ ਹੁੰਦਾ ਐਲੀਮੀਨੇਸ਼ਨ ਠੀਕ ਹੈ ਸਟੂਡੈਂਟਸ ਨੈਕਸਟ ਸਾਡੇ ਕੋਲ ਆ ਗਿਆ ਪ੍ਰੋਸੈਸ ਆਫ ਡਾਈਜੈਸ਼ਨ ਕਿ ਕਿਹੜੇ ਕਿਹੜੇ ਆਰਗਨ ਦਾ ਆਰਗਨ ਦੇ ਥਰੋ ਇੰਜੈਸ਼ਨ ਡਾਈਜੈਸ਼ਨ ਅਬਜ਼ਾਰਪਸ਼ਨ ਐਲੀਮੀਨੇਸ਼ਨ ਇਹ ਹੁੰਦਾ ਹੈਗਾ ਠੀਕ ਹੈ ਜਿਹੜਾ ਡਾਈਜੈਸ਼ਨ ਦਾ ਪ੍ਰੋਸੈਸ ਹੁੰਦਾ ਕਿਹੜੇ ਕਿਹੜੇ ਆਰਗਨਾਂ ਦੇ ਥਰੋ ਹੁੰਦਾ ਹੈਗਾ ਫਸਟ ਆਇੰ ਦਾ ਹੈਗਾ ਮਾਉਥ ਇੱਥੇ ਕੀ ਹੁੰਦਾ ਹੈਗਾ ਇੰਜੈਕਸ਼ਨ ਠੀਕ ਹੈ ਮਾਉਥ ਤੋਂ ਬਾਅਦ ਫੇਰਿੰਗਸ ਨੈਜ਼ੋਫੇਰਿੰਗ ਓਰੋਫੇਰਿੰਗ ਲੈਰੰਜੋਫੇਰਿੰਗ ਇਹਦੇ ਪਾਰਟਸ ਹੈਗੇ ਆ ਇੱਥੇ ਹੁੰਦਾ ਹੈ ਇੰਜੈਕਸ਼ਨ ਠੀਕ ਹੈ ਨੈਕਸਟ ਓਸੋਫੇਗਸ ਇੱਥੇ ਹੋ ਜਾਂਦਾ ਹੈਗਾ ਪ੍ਰੋਪਲਸਨ ਠੀਕ ਹੈ ਸਟਮਕ ਤੇ ਸਮਾਲ ਇੰਟੈਸਟਾਈਨ ਇੱਥੇ ਫੂਡ ਦੀ ਹੁੰਦੀ ਆ ਡਾਈਜੈਸ਼ਨ ਠੀਕ ਹੈ ਲਾਰਜ ਇੰਟੈਸਟਾਈਨ ਇੱਥੇ ਕੀ ਹੁੰਦੀ ਆ ਫੂਡ ਦੀ ਐਬਸਾਰਪਸ਼ਨ ਰੈਕਟਮ ਤੇ ਐਨਲ ਕਨਾਲ ਇੱਥੇ ਐਕਸਕ੍ਰੀਸ਼ਨ ਹੋ ਜਾਂਦੀ ਹੈਗੀ ਆ ਠੀਕ ਹੈ ਇਹ ਹੈਗਾ ਡਾਈਜੈਸਟਿਵ ਸਿਸਟਮ ਦਾ ਡਾਇਗਰਾਮ ਠੀਕ ਹੈ ਇਸ ਦੇ ਵਿੱਚ ਸਾਰੇ ਆਰਗਨਸ ਦਿਖਾਏ ਹੋਏ ਹੈਗੇ ਆ ਇੱਥੋਂ ਹੁੰਦਾ ਹੈਗਾ ਇੰਜੈਕਸ਼ਨ ਠੀਕ ਹੈ ਪ੍ਰੋਪਲਸਨ ਡਾਈਜੈਸ਼ਨ ਐਬਸਾਰਪਸ਼ਨ ਇੱਥੇ ਹੁੰਦਾ ਹੈਗਾ ਫਿਰ ਉਸ ਤੋਂ ਬਾਅਦ ਐਲੀਮੀਨੇਸ਼ਨ ਐਨਸ ਦੇ ਥਰੂ ਹੋ ਜਾਂਦਾ ਹੈਗਾ ਠੀਕ ਹੈ ਨੈਕਸਟ ਸਾਡੇ ਕੋਲੇ ਆਗੇ ਆਰਗਨਸ ਆਫ ਡਾਈਜੈਸਟਿਵ ਸਿਸਟਮ ਇਹਦੇ ਵਿੱਚ ਕਿਹੜੇ ਕਿਹੜੇ ਆਰਗਨ ਹੁੰਦੇ ਹੈਗੇ ਆ ਇਹ ਮੋਸਟ ਇੰਪੋਰਟੈਂਟ ਹੈਗਾ ਠੀਕ ਹੈ ਐਲੀਮੈਂਟਰੀ ਟ੍ਰੈਕ ਜਿਹਨੂੰ ਕਹਿੰਦੇ ਆ ਉਹਦੇ ਵਿੱਚ ਮਾਉਥ ਫੇਰਿੰਗਸ ਓਸੋਫੇਗਸ ਸਟਮਕ স্মਲ ਇੰਟੈਸਟਾਈਨ ਲਾਰਜ ਇੰਟੈਸਟਾਈਨ ਰੈਕਟਮ ਤੇ ਐਨਲ ਕਨਾਲ ਆ ਜਾਂਦੇ ਹੈਗੇ ਇਹਨਾਂ ਨੂੰ ਕਹਿੰਦੇ ਆ ਐਲੀਮੈਂਟਰੀ ਟ੍ਰੈਕ ਠੀਕ ਹੈ ਠੀਕ ਹੈ ਤੇ ਨੈਕਸਟ ਅਸੈਸਰੀ ਆਰਗਨ ਮਤਲਬ ਕਿ ਜਿਹੜੇ ਕੰਮ ਕਰਦੇ ਹੈਗੇ ਉਹ ਕਿਹੜੇ ਆ ਜਾਂਦੇ ਆ ਟੀਥ ਟੰਗ 3 ਪੇਅਰਸ ਆਫ ਸਲਾਈਵਰੀ ਗਲੈਂਡਸ ਲੀਵਰ ਐਂਡ ਦਾ ਬਿਲੀਰੀ ট্রাক ਗੋਲ ਬਲੇਡਰ ਐਂਡ ਪੈਨਕਰੀਆਸ ਜਿਹੜੇ ਟੀਥ ਹੁੰਦੇ ਆ ਉਹ ਬ੍ਰੇਕਡਾਊਨ ਦੇ ਵਿੱਚ ਹੈਲਪ ਕਰਦੇ ਹੈਗੇ ਆ ਠੀਕ ਹੈ ਤਾਂ ਟੰਗ ਉਹਨੂੰ ਸਵੈਲੋਇੰਗ ਦੇ ਵਿੱਚ ਚਿਊਇੰਗ ਦੇ ਵਿੱਚ ਹੈਲਪ ਕਰਦੀ ਹੈਗੀ ਆ ਠੀਕ ਹੈ ਤਾਂ ਜਿਹੜੇ ਲੀਵਰ ਗੋਲ ਬਲੇਡਰ ਪੈਨਕਰੀਆਸ ਇਹ ਸੈਕ੍ਰੀਸ਼ਨ ਕਰਦੇ ਹੈਗੇ ਆ ਸਟਮਕ ਚ ਇਹਦੇ ਵਿੱਚ ਆ ਜਾਂਦਾ ਹਨਾ ਏ ਮਤਲਬ ਕਿ ਸਟਮਕ ਜੂਸ ਗੈਸਟ੍ਰਿਕ ਜੂਸ ਬਣਾਉਂਦੇ ਹੈਗੇ ਆ ਡਾਈਜੈਸ਼ਨ ਦੇ ਵਿੱਚ ਹੈਲਪ ਕਰਦੇ ਠੀਕ ਹੈ ਫਰੈਂਡਸ ਇਹ ਸੀਗਾ ਅੱਜ ਦਾ ਸਾਡਾ ਟਾਪਿਕ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਨਵੇਂ ਟਾਪਿਕ ਤੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ ਥੈਂਕ ਯੂ